ਗੁੱਡ ਮਾਰਨਿੰਗ ਤੇ ਸਵੇਰ ਦੇ ਕੁਛ ਟਾਈਮ ਹੋ ਗਿਆ, 11:15 ਹੋ ਗਿਆ ਤੇ ਅੱਜ ਅਸੀਂ ਬਣਾਏ ਪਰੌਠੇ, ਮਿਰਚ ਵਾਲੇ, ਹਰੀ ਮਿਰਚ ਵਾਲੇ ਪਰੌਠੇ ਤੇ ਨਾਲ ਚਾਹ ਦਿਖਾਉਣੇ ਆ। ਮਿਰਚੀ ਵਾਲੇ ਪਰੌਠੇ ਨਾਲ ਚਾਹ, ਵਾਓ ਇਹ ਤਾਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਹੁੰਦੀ ਹੈ ਨਾਲ ਚਾਹ ਦੇ ਵਿੱਚ ਭੇਂ ਭੇਂ ਕੇ, ਕਈ ਉੱਦਾਂ ਖਾਂਦੇ ਨਾ, ਮੈਨੂੰ ਭੇਂ ਕੇ ਬਹੁਤ ਸਵਾਦ ਲੱਗਦਾ। ਚਲੋ ਖਾ ਲਈਏ ਅਸੀਂ ਪਰੌਠੇ। ਗਾਇਸ ਤੇ ਹੁਣ ਆਇਆ ਆਪਣਾ ਪਾਰਸਲ, ਆਇਆ ਰੀਕੋਡ ਤੋਂ। ਇਹ ਆ ਲਿਪ ਲਾਈਨਰ, ਆ ਲਿਪ ਦੇ ਆਲੇ ਦੁਆਲੇ ਲਾਉਣ ਵਾਲੀ ਪੈਨਸਿਲ, ਤੇ ਹੁਣ ਤੁਹਾਨੂੰ ਦਿਖਾਉਂਦੇ ਆ ਕਿਵੇਂ ਦੀ ਆਈ ਹੈ ਵਿੱਚੋਂ। ਕੀ ਇਹਦੇ ਰੀਕੋਡ ਵਿੱਚ ਨਾ ਥੋੜੇ ਗਿਫਟ ਵੀ ਮਿਲਦੇ ਹੁੰਦੇ ਕੁਛ ਨਾ ਕੁਛ? ਪਿੱਛੇ ਮੈਂ ਮੰਗਵਾਇਆ ਸੀ ਕੁਛ, ਰੀਕੋਡ ਦਾ ਕੀ ਸੀਗਾ? ਹਾਂ, ਕਲੀਨਜ਼ਿੰਗ ਬਾਮ ਸੀ ਮੂੰਹ ਤੇ ਲਾਉਣ ਵਾਲੀ, ਮੇਕਅਪ ਰਿਮੂਵਰ, ਤੇ ਨਾਲ ਉਹਦੇ ਫੇਸ ਵਾਸ਼ ਫ੍ਰੀ ਆਇਆ ਸੀ, ਨਾਲ ਆਈ ਸੀ ਚੋਕਲੇਟ। ਤੇ ਹੁਣ ਦੇਖਦੇ ਇਹਦੇ ਵਿੱਚੋਂ ਕੀ ਨਿਕਲਦਾ। ਲਿਪਸਟਿਕ ਲੈਣੀ ਨਾ ਉਹ ਆ ਨਾ ਕੱਟ ਕਰਕੇ ਦੇਖੋ, ਪਰੌਠੇ ਖਾਣ ਤੋਂ ਬਾਅਦ ਅਸੀਂ ਥੋੜੀ ਰੈਸਟ ਲਈ ਤੇ ਹੁਣ ਅਸੀਂ ਆ ਗਏ ਸੀ ਰਸੋਈ ਚ ਸਫਾਈ ਕਰ। ਚਲੋ ਗਾਇਸ, ਤੇ ਹੁਣ ਅਸੀਂ ਚੱਲੇ ਹਾਂ ਆਪਦੇ ਹੇਅਰ ਸਟਾਈਲ ਕਲਾਸ ਲਾਉਣ, ਤੇ ਕਾਫੀ ਟਾਈਮ ਵੇਟ ਕੀਤਾ ਅਸੀਂ, ਤੇ ਹੁਣ 3 ਵੱਜ ਗਏ ਆ, ਸਾਡੀ ਕਲਾਸ ਸ਼ੁਰੂ ਹੋਣ ਵਾਲੀ ਆ, ਤੇ ਅਸੀਂ ਤਿਆਰ ਤਿਆਰ ਹੋ ਕੇ ਹੁਣ ਚੱਲੇ ਹਾਂ ਅੱਜ ਕਲਾਸ ਲਾਉਣ। ਅੱਜ ਮੈਂ ਸੂਟ ਪਾਇਆ, ਚਲੋ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਅੱਗੋਂ ਅੱਜ ਕਿਹੜਾ ਹੇਅਰ ਸਟਾਈਲ ਕਰਨਾ। ਚਲੋ ਗਾਇਸ, ਤੇ ਅੱਜ ਮੈਂ ਬਣਾਇਆ ਵਾ ਜੂੜਾ, ਇਹ ਵਾਲਾ, ਹਾਂ ਬ੍ਰਾਈਡਲ ਵਾਲਾ ਬੰਨ, ਤੇ ਫਰੰਟ ਇਹਦਾ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ 'ਚ ਟਿੱਕਾ ਲਾਇਆ, ਤੇ ਉੱਦਾਂ ਸਲੀਵ ਅੱਗਿਓਂ ਪਿੱਛੇ, ਇਹ ਵਾਲਾ ਜੂੜਾ ਪੇਜ ਦੱਸ ਦਾਂਗੇ, ਫੋਲੋ ਕਰ ਲਿਓ ਠੀਕ ਆ, ਤੇ ਤੁਹਾਨੂੰ ਨਾਲ ਹੀ ਨੀਚੇ ਮੈਂਸ਼ਨ ਕਰੂੰਗੀ। ਇਹ ਨੇਲਸ ਬਹੁਤ ਸੋਹਣੇ ਲਾਉਂਦੇ ਆ, ਤੁਹਾਨੂੰ ਦਿਖਾਵਾਂਗੇ ਵੀ ਅੱਜ ਲਾ ਕੇ, ਪਹਿਲਾਂ ਮੇਰੇ ਨੇਲਸ ਇਦਾਂ ਦੇ ਆ, ਐਂਡ ਵਾਲਾ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ। ਮੇਰੇ ਅੰਗੂਠੇ ਦਾ ਨੇਲ ਲੱਭਿਆ ਜਾ ਰਿਹਾ ਵਾ, ਅੰਗੂਠਾ ਬਿਊਟੀਫੁਲ, ਲੱਭੋ ਜਲਦੀ ਲਾਓ। ਇਹ ਮੈਨੂੰ ਲੱਗਦਾ ਉੱਠਦਾ ਪਿਆ ਵਾ, ਪਰ ਇਹ ਵਿੱਚ ਪਕਾਉਣਾ ਤਾਂ ਹੈਗੀ ਆ, ਕਸਟਮਰ ਆ ਠੀਕ ਆ, ਤੇ ਗਮ ਦੇ ਦੋ ਗਮ, ਉਹ ਵੀ ਠੀਕ ਆ, ਫਿਰ ਵੀ ਇੰਨੀ ਖੁਸ਼ੀ ਹੈਗੀ ਗੁੱਠੇ ਦਾ ਨੇਲ ਮਿਲ ਗਿਆ, ਉਹ ਮਿਲਣਾ ਤਾਂ ਹੈਗਾ ਹੀ ਸੀ, ਬੜਾ ਹੀ ਘੈਂਟ ਆ। ਤੇ ਹੁਣ ਆਪਾਂ ਨੂੰ ਪਤਾ ਲੱਗਾ ਕਿ ਨੇਲ ਐਕਸਟੈਂਸ਼ਨ ਹੁੰਦੇ ਪਏ ਆ, ਇਹਨਾਂ ਕੀ ਆਪਾਂ 3D ਫਲਾਵਰ ਬਣਾ ਸਕਦੇ ਹਾਂ, ਇਹਨਾਂ ਕਰ ਲਿਆ, ਇਹਨਾਂ ਕੋਈ ਆਰਟ ਕਰਨਾ ਉਹ ਵੀ ਕਰ ਸਕਦੇ, ਇਹ ਦੋਨੋਂ ਹੁਣ ਆਪਣੇ ਲੱਗਣ ਲੱਗੀ ਆ ਅਕ੍ਰੈਲਿਕ ਤੇ ਜੈਲ, ਵਾਓ ਬ੍ਰਸ਼ਿਸ ਹੀ ਬਹੁਤ ਸੋਹਣੇ ਆ ਇਹਦੇ, ਮੇਰੇ ਬ੍ਰਸ਼ ਹੈ 6000 ਦੇ, ਸਮਾਨ ਬਹੁਤ ਮਹਿੰਗਾ ਹੋਗਾ ਵਾ, ਮੈਨੂੰ ਪਹਿਲਾਂ ਉਹ ਦੋ ਜਿਹੜੇ ਤੁਹਾਨੂੰ ਗੋਲ ਜਿਹੇ ਦਿੱਤੇ, ਵਾਓ ਸਮਾਨ ਦਿਖਾ ਦਿਓ ਮੜਾ ਆਪਦਾ, ਚਲਾ ਮੇਰੇ ਪਿੱਛੇ ਪਿਆ, ਉਹਨਾਂ ਰੱਖ ਦਿੱਤਾ, ਵਾਓ ਆ ਪੈਨਾ, ਆ ਟਿਪਸ ਫੜੋ, ਨਹੀਂ ਨਹੀਂ ਆ ਵਾਲੀ, ਨਹੀਂ ਸੋਹਣੀ, ਇਹ ਕੱਲ ਨੂੰ ਮੈਂ ਲੈ ਕੇ ਆਇਆ, ਇਹਦੇ ਸਮਾਨ ਨੇ ਮੈਨੂੰ ਅਟਰੈਕਟ ਕਰ ਲਿਆ, ਆ ਦੇਖੋ ਬਫਿੰਗ ਵਾਸਤੇ ਆ ਵਾਲੀ ਬਿੱਟੀ ਯੂਜ਼ ਹੁੰਦੀ ਆ, ਇੱਕ ਐਕਸਟੈਂਸ਼ਨ ਮੇਰੀ ਤਿਆਰ ਆ ਨੇਲ ਦੀ ਹਨਾ, ਤੇ ਉਹਦੇ ਤੇ ਲੱਗਣ ਲੱਗਾ ਬੇਸ ਕੋਡ, ਕਿਤੇ ਉਹ ਲੱਗੀ ਨੇਲ ਪੇਂਟ, ਨੇਲ ਪੇਂਟ ਲੱਗਣ ਲੱਗੀ ਆ, ਹੋਰ ਪਰੇ ਹੋ ਠੀਕ ਆ, ਕੀ ਕਰਨਾ ਦਿਓ, ਅੱਛਾ ਫਸਟ ਕੋਡ ਹਨਾ, ਹਲਕਾ ਬਿਲਕੁਲ ਬਿਲਕੁਲ ਨੀਟ ਨੀਟ ਲਾਉਣਾ ਆ,
ਠੀਕ ਹੈ ਹੁਣ ਕੀ ਕਰਨਾ ਨੇਲ ਪੇਂਟ ਨੂੰ ਕੀ ਕਰਨਾ ਹਲਕਾ ਲਾਉਂਦੇ ਆ ਬਹੁਤ ਅਲੱਗ ਅਲੱਗ ਤਰੀਕੇ ਨਾਲ ਲਾਉਂਦੇ ਆ ਹੁਣ ਜਿੱਦਾਂ ਆਪਣੇ ਇੱਥੇ ਕਿਊਟੀਕਲ ਏਰੀਆ ਰਹਿ ਗਿਆ ਇਹਨਾਂ ਹਲਕਾ ਹਲਕਾ ਬਰੱਸ਼ ਉਹਦੇ ਕੋਲ ਲੈ ਕੇ ਜਾਣਾ ਹੈ ਹੁਣ ਮੈਨੂੰ ਕੀ ਹੈ ਵੀ ਮੈਂ ਨਾ ਕਿਊਟੀਕਲ ਦੇ ਜ਼ਿਆਦਾ ਕੋਲ ਨਹੀਂ ਜਾਣਾ ਠੀਕ ਹੈ ਉਹਦੇ ਕੋਲ ਕਿਉਂ ਨਹੀਂ ਜਾਣਾ ਜੇ ਆਪਾਂ ਬਿਲਕੁਲ ਇੱਕ ਵਾਲ ਦਾ ਫਰਕ ਰੱਖਣਾ ਹੀ ਪੈਂਦਾ ਆਪਾਂ ਨੂੰ ਕੁਛ ਵੀ ਆ ਕਿ ਕਿਊਟੀਕਲ ਏਰੀਆ ਆਪਣਾ ਜ਼ਿਆਦਾ ਗੰਦਾ ਨਾ ਹੋ ਜਾਵੇ ਕੋਰਨਰ ਵੀ ਹਮੇਸ਼ਾ ਧਿਆਨ ਦੇਣਾ ਕੋਰਨਰ ਤੇ ਠੀਕ ਹੈ ਫਿਰ ਆਪਾਂ ਕੱਢਿਆ ਟੋਪਕੋਡ ਹਮੇਸ਼ਾ ਇੰਨੀ ਇੱਕ ਇਹ ਸਟਿੱਕਰ ਇਹ ਵੀ ਇੱਕ ਤਰ੍ਹਾਂ ਦਾ ਆਰਟ ਹੁੰਦਾ ਇਹਨੂੰ ਕੀ ਕਹਿੰਦੇ ਸਟਿੱਕਰ ਐਪਲੀਕੇਸ਼ਨ ਸਟਿੱਕਰ ਲੱਗ ਗਿਆ ਗਾਇਸ ਮੇਰੇ ਨੇ ਇਹਦੇ ਤੇ ਕਿੰਨਾ ਪਿਆਰਾ ਲੱਗਦਾ ਠੀਕ ਹੈ ਟੋਪਕੋਡ ਨਾਲ ਆਪਾਂ ਇਹਨੂੰ ਪ੍ਰੋਪਰ ਟੋਪਕੋਡ ਆਪਾਂ ਇਹਦੇ ਤੇ ਲਾਉਣਾ ਹੈ ਜੇ ਆਪਾਂ ਇਹਦੇ ਤੇ ਟੋਪਕੋਡ ਨਹੀਂ ਲਾਇਆ ਨਾ ਸਟਿੱਕਰ ਨੇ ਕੀ ਹੈ ਥੋੜੀ ਦੇਰ ਬਾਅਦ ਕੀ ਹੈ ਉੱਤਰ ਜਾਣਾ ਹੈ ਇਹਦੇ ਨਾਲ ਪਕੜ ਹੋ ਜਾਏਗੀ ਇਹਨਾਂ ਉਹਦੀ ਪਕੜ ਹੋ ਜਾਣੀ ਹੈ ਧਿਆਨ ਰੱਖਣਾ ਹਰ ਕੋਰਨਰ ਤੇ ਲੱਗੇ ਸਟਿੱਕਰ ਦਾ ਕੋਈ ਵੀ ਏਰੀਆ ਛੁੱਟੇ ਨਾ ਯੂਵੀ ਲੈਂਪ ਰੈਡੀ ਆ ਠੀਕ ਹੈ ਚਲੋ ਮੈਂ ਇਹਨੂੰ ਬੰਦ ਕਰ ਫਿਰ ਕੀ ਕਰਨਾ ਜਿੱਦਾਂ ਹਮੇਸ਼ਾ ਕੋਸ਼ਿਸ਼ ਕਰਨੀ ਕਿ ਨਾਲੋ ਨਾਲ ਇਹਨੂੰ ਨੀਟ ਕਰਨ ਦੀ ਠੀਕ ਹੈ ਕਦੀ ਕਦੀ ਨਾ ਟਰਾਂਸਪੇਰੈਂਟ ਨਹੀਂ ਪਤਾ ਲੱਗਦਾ ਠੀਕ ਹੈ ਇਹਨੂੰ ਹੁਣ ਕਰ ਦਿਓ ਅੰਦਰ ਇਹਨੂੰ ਆਪਾਂ ਸਿਖਾਵਾਂਗੇ ਸੇਫ ਔਰ ਸਾਈਡ 2 ਮਿੰਟ ਓਕੇ 2 ਮਿੰਟ ਗਾਇਸ ਦੇਖੋ ਮੇਰੇ ਨੇਲਸ ਇਹਨਾਂ ਨੇ ਐਕਸਟੈਂਸ਼ਨ ਕੀਤੀ ਆ ਡ੍ਰਿਲ ਵੀ ਰੈਡੀ ਆ ਇੱਕ ਨੇਲ ਲੱਗ ਗਿਆ ਬਹੁਤ ਚਲੋ ਆਪਾਂ ਹੋਰ ਵੀ ਲਾਉਣੇ ਆ ਐਕਸਟੈਂਸ਼ਨ ਆ ਤਾਂ ਬਾਕੀ ਖਤਰੇ ਚ ਆ ਬਾਕੀ ਨੇਲ ਖਤਰੇ ਚ ਕੋਈ ਐਂਡ ਡ੍ਰਿਲ ਸਟਾਰਟ ਆ ਸਹੀ ਆ ਕਲਾਇੰਟ ਤੇ ਨੋ ਵੱਡੇ ਜਾ ਰਹੇ ਨਹੀਂ ਮਾਸ ਵੱਡਿਆ ਜਾ ਰਿਹਾ ਉਂਗਲੀ ਓਕੇ ਤੇ ਹੁਣ ਆਪਾਂ ਬਫ ਕਰਦੇ ਤਾਂ ਹੈਲੋ ਗਾਇਸ ਮੈਂ ਹੂੰ ਰੱਜੀ ਦੀਦੀ ਕੀ ਰੂਮਮੇਟ ਜੋ ਉਨਕੇ ਸਾਥ ਮੇਕਅਪ ਸਿੱਖ ਰਹੀ ਹੂੰ ਔਰ ਅਭੀ ਬਜ ਰਹੇ ਹੈ ਰਾਤ ਕੇ ਐਜ਼ ਯੂ ਕੈਨ ਸੀ 1:54 ਯੈਸ ਆਲਮੋਸਟ 2 ਵਜਨੇ ਵਾਲੇ ਮੈਨੂੰ ਪੰਜਾਬੀ ਨਹੀਂ ਆਤੀ ਤਾਂ ਮੈਂ ਹਿੰਦੀ ਮੈਂ ਹੀ ਬਾਤ ਕਰੂੰਗੀ ਔਰ ਪੰਜਾਬੀ ਟ੍ਰਾਈ ਕਰ ਮੈਨੂੰ ਆਉਂਦੀ ਨਹੀਂ ਪੰਜਾਬੀ ਤੇ ਕੀ ਬੋਲਿਆ ਮੈਨੂੰ ਬਹੁਤ ਔਖਾ ਲੱਗਦਾ ਹੈ ਨਹੀਂ ਨਹੀਂ ਆਉਂਦੀ ਆ ਪੂਰੀ ਆਨਲਾਈਨ ਨਿੱਕੀ ਨਿੱਕੀ ਆਉਂਦੀ ਹੈ ਥੋੜੀ ਥੋੜੀ ਛੋਟੀ ਨਿੱਕੀ ਨਿੱਕੀ ਦਾ ਮਤਲਬ ਛੋਟਾ ਛੋਟਾ ਹੁੰਦਾ ਥੋੜੀ 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 ਤੋ ਰਜੀ ਦੀ ਕੀ ਹੋ ਰਿਹਾ ਨੇਲ ਜੋ ਬਸ ਆ ਦੇਖ ਲੋ ਇੱਕ ਰਹਿ ਗਿਆ ਨੇਲ ਇੱਕ ਰਹਿ ਗਿਆ ਕਿਹਦਾ ਲਗਾ ਆਪਕੋ ਆਪਣੇ ਨੇਲ ਦੇਖ ਕੇ ਬਹੁਤ ਰੰਗ ਬਰੰਗਾ ਮੁਝੇ ਕਰਨੇ ਵੀ ਆ ਕਿਸਨੇ ਕਰੇ ਇਹ ਔਰ ਸਿਖਾ ਕੌਣ ਰਿਹਾ ਹੈ ਮੋਨਿਕਾ ਚਲੋ ਗਾਇਸ ਅਭੀ ਪ੍ਰੋਸੈਸ ਕੰਟੀਨਿਊ ਹੋ ਰਿਹਾ ਮੈਨੂੰ ਵਲੌਗ ਕਰਨਾ ਨਹੀਂ ਆਇਆ ਤਾਂ ਮੋਨਿਕਾ ਆਏ ਬੋਲਦੇ ਅਮ ਨੈਕਸਟ ਕੀ ਹੋਗਾ ਇਹਦੇ ਤੇ ਵੀ ਲੱਗ ਕੇ ਇਹਦੇ ਤੇ ਬਸ ਸੌ ਜਾਣਾ ਆਪਾਂ ਹਾਂ ਨੀਂਦ ਆਉਂਦੀ ਹੈ ਕੰਬ ਕਰਨਾ ਮੈਨੇ ਨਹੀਂ ਕਰਾ ਕੁਛ ਨਹੀਂ ਅਗਰ ਆਪ ਇਹ ਵਲੌਗ ਦੇਖ ਰਹੇ ਹੋ ਨਾ ਤਾਂ ਮੈਨੇ ਨਹੀਂ ਇਹਨੂੰ ਨਹੀਂ ਕਰਾ ਆਪਕੋ ਕੋ ਉਹ ਤੋਂ ਉੱਟ ਗਿਆ ਕੋ ਇਹੀ ਨਹੀਂ ਕਰਦਾ ਬਣਾ ਕੋਈ ਹੋਰ ਲਾ ਡਾਰਕ ਆ ਮੈਂ ਚੱਕ ਲਾਂ ਰੈਡ ਨੇਲ ਪੇਂਟ ਹਰੀ ਤੋਤੇ ਸਭ ਮੋਰ ਆਏ ਬਾਲੀਵੁੱਡ ਗਾਣਾ ਸੁਣਾ ਕਹਿੰਦੀ ਇਤਨੇ ਮੈਂ ਇਤਨਾ ਇੰਚ ਆਏਗਾ ਇਤਨੇ ਮੈਂ ਇਤਨਾ ਹੀ ਮਿਲੇਗਾ ਓਕੇ ਗਾਇਸ ਦੇਖੋ ਆਪਣਾ ਟਾਈਮ ਵਲੌਗ ਲੱਗ ਗਿਆ
226 ਵੈਸੇ ਦੇਖ ਗਿਆ 226 ਹੋ ਗਿਆ ਰਾਤ ਦਾ ਮਤਲਬ ਇਹ ਦਿਨ ਦਾ ਤੜਕੇ ਦੇ 2:30 ਵੱਜ ਗਏ ਨੇਲ ਕੰਪਲੀਟ ਰੇਨਬੋ ਦੋ ਰੰਗ ਨਹੀਂ ਦੇਖਦੇ ਪਏ ਦੋ ਰੰਗ ਮਿਸ ਵਾ ਬਸ ਲਾਲ ਰੰਗ ਪਲੀਜ਼ ਹੈਲਪ ਮੀ ਪਿੰਕ ਲਾਈਟ ਪਿੰਕ ਗ੍ਰੀਨ ਰਾਣੀ ਕਲਰ ਪਿੰਕ ਚਲੋ ਆਪਾਂ ਪ੍ਰੈਕਟਿਸ ਕਰਦੇ ਪਏ ਸੀ ਇਹਦੇ ਵਿੱਚ ਇਹ ਨਹੀਂ ਕਿ ਰੰਗ ਬਿਰੰਗੇ ਇੰਨਾ ਬੁਰੇ ਲੱਗਦੇ ਆ ਸਿੱਖਣ ਨੂੰ ਬਹੁਤ ਕੁਛ ਮਿਲਿਆ ਮੋਨਿਕਾ ਦੀ ਆਈ ਡੀ ਮੈਂ ਸਵੇਰੇ ਦੱਸੂਗੀ ਤੁਸੀਂ ਉਹਨੂੰ ਫੋਲੋ ਕਰ ਲਿਓ ਠੀਕ ਆ ਉਹ ਥੱਲੇ ਮੈਂਸ਼ਨ ਕਰ ਦਾਂਗੇ ਹਾਂ ਇੱਕ ਸ਼ੈਲਜਾ ਸ਼ੈਲਜਾ ਦੀ ਵੀ ਲਿਖ ਦਾਂਗੇ ਐਂਡ ਮੁਸਕਾਨ ਤਿੰਨ ਆਈਡੀਆਂ ਨੂੰ ਦੇ ਦਾਂਗੇ ਰੋਜ਼ ਹੰਡ ਮੈਂ ਲਿਖ ਦੇਵਾਂਗੀ ਮੇਕ ਓਵਰ ਬਾਏ ਰੋਜ਼ ਠੀਕ ਆ ਚਾਰ ਜਾਣਿਆਂ ਦੀਆਂ ਆਈਡੀਆਂ ਲਿਖ ਦਾਂਗੇ ਮੈਨੂੰ ਫੋਲੋ ਰਹਿਣ ਦਿਓ ਤੇ ਗਾਇਸ ਸਵੇਰ ਹੋ ਗਈ ਸੀ ਨੇਲ ਦੇਖੋ ਐਵੇਂ ਦੇ ਹੋ ਗਏ ਆ ਮਤਲਬ ਇੱਕ ਤੇ ਲਾਈਟ ਪਿੰਕ ਕਲਰਫੁੱਲ ਰਾਤ ਅਸੀਂ 3 ਵਜੇ ਸੁੱਤੇ ਸਵੇਰ ਦੇ 3 ਵਜੇ ਸੁੱਤੇ ਫਿਰ ਉੱਠ ਗਏ ਟਾਈਮ ਨਾਲ ਵੈਸੇ ਫਿਰ ਵੀ ਇੱਦਾਂ ਦੇ ਆ ਅਸੀਂ ਸਿਰਫ ਪ੍ਰੈਕਟਿਸ ਕਰਦੇ ਪਏ ਹਾਂ ਹੁਣ ਥੋੜ੍ਹੇ ਕੁ ਟਾਈਮ ਬਾਅਦ ਫਿਰ ਮੈਂ ਲਾਹ ਦੇਣੇ ਆ ਫਿਰ ਦੁਬਾਰਾ ਪ੍ਰੈਕਟਿਸ ਕਰਨੀ ਆ ਮਤਲਬ ਸਿੱਖਦੇ ਪਏ ਹਾਂ ਇਹ ਜ਼ਰੂਰੀ ਨਹੀਂ ਕਿ ਲਾ ਕੇ ਹੀ ਰੱਖਣੇ ਆ ਅਤੇ ਇਸ ਕਰਕੇ ਹੁਣ ਮੈਂ ਉਤਾਰ ਦੇਣੇ ਆ ਅਤੇ ਹੁਣ ਸਾਡੀ ਆ ਗਈ ਗ੍ਰੀਨ ਟੀ ਨਾਲ ਫੁੱਲ ਮਖਾਣਾ ਓਕੇ ਫੁੱਲ ਮਖਾਣਾ ਨਾਲ ਗ੍ਰੀਨ ਟੀ ਓਕੇ ਇਹ ਗਾਇਜ਼ ਹੁਣ ਨਾ ਸਾਡੇ ਕੋਲ ਸਮਾਨ ਖਤਮ ਹੋਇਆ ਹੋਇਆ ਸੀ ਕੁਛ ਜਿਵੇਂ ਲੂਣ ਲਾਣ ਖਾਣ ਪੀਣ ਦਾ ਗਰੋਸਰੀ ਦਾ ਸਮਾਨ ਅਤੇ ਅਸੀਂ ਉਹਨੇ ਔਡਰ ਕੀਤਾ ਬਲਿੰਗਿਟ ਤੋਂ ਇੱਥੇ ਨਾ 10 ਮਿੰਟਾਂ ਦੇ ਅੰਦਰ ਅੰਦਰ ਆ ਜਾਂਦਾ ਅਤੇ ਉੱਤੇ ਨਾਮ ਵੀ ਆ ਜਾਂਦਾ ਕਿ ਤੇਜਿੰਦਰ ਮੈਂ ਇੱਦਾਂ ਦਿਖਾਉਂਦੀ ਦੂਸਰੀ ਤਰ੍ਹਾਂ ਆਹ ਦੇਖੋ ਲਿਖਿਆ ਆ ਤੇਜਿੰਦਰ ਯੋਰ ਡਿਲੀਵਰੀ ਪਾਰਟਨਰ ਹੁਣ ਨਾ ਇੱਥੇ ਆ ਗਿਆ ਅਤੇ 4 ਮਿੰਟ ਦਾ ਰਹਿ ਗਿਆ ਆਨ ਦਾ ਵੇ ਆ ਹੈ ਨਾ ਅਤੇ ਵੇਖਿਓ ਮੋੜ ਕਿਵੇਂ ਕੱਟਦਾ ਆਹੋ ਔਰ ਸਕੂਟਰ ਤੇ ਪਹਿਲਾਂ ਸਕੂਟਰ ਤੇ ਉਹ ਨਹੀਂ ਬੈਠਾ ਪਹਿਲਾਂ ਸਮਾਨ ਚੱਕਦਾ ਪਿਆ ਏ ਕ੍ਰਸ਼ੀਅਨ ਬਨ ਸਿੱਖਿਆ ਸੀਗਾ ਤੁਸੀਂ ਦੇਖ ਲਿਆ ਹੁਣ ਵੀਡੀਓ ਵਿੱਚ ਵੇਖ ਲਿਓ ਤੇ ਅੱਜ ਜੋ ਸਿਖਾਉਣਾ ਵਾ ਉਹ ਵੀ ਤੁਹਾਨੂੰ ਛੋਟੀ ਜਿਹੀ ਕਲਿੱਪ ਜ਼ਰੂਰ ਦਿਖਾਵਾਂਗੇ ਤੇ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਾਏ ਗਾਇਜ਼।